ਭਾਰਤ T20 ਵਿਸ਼ਵ ਕੱਪ 2024 ਦੇ ਫਾਈਨਲ ਦੇ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਦੇ ਨਾਲ ਹਰਾ ਕੇ ਦੂਜੀ ਵਾਰ ਚੈਂਪੀਅਨ ਬਣਿਆ। ਇਸ ਮੈਚ ਦੇ ਵਿੱਚ ਵਿਰਾਟ ਕੋਹਲੀ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਮੈਚ ਤੋਂ ਬਾਅਦ ਕੋਹਲੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਉਹਨਾਂ ਦਾ ਆਖਰੀ T20 ਵਿਸ਼ਵ ਕੱਪ ਸੀ। ਕੋਹਲੀ ਨੇ ਦੱਸਿਆ ਕਿ ਉਹ ਆਪਣੇ ਕਰੀਅਰ ਦੇ ਵਿੱਚ ਵਿਸ਼ਵ ਕੱਪ ਟਰਾਫੀ ਨੂੰ ਚੁੱਕਣਾ ਚਾਹੁੰਦੇ ਸੀ ਤੇ ਇਹ ਉਹਨਾਂ ਦਾ ਆਖਰੀ ਮੌਕਾ ਸੀ ਜਦੋਂ ਉਹਨਾਂ ਨੇ ਭਾਰਤ ਲਈ T20 ਮੈਚ ਖੇਡਿਆ। ਉਹਨਾਂ ਦੇ ਨਾਲ ਨਾਲ ਰੋਹਿਤ ਸ਼ਰਮਾ ਨੇ ਵੀ T20 ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਭਾਰਤ ਨੇ ਸਾਲ 2007 ਦੇ ਵਿੱਚ ਪਹਿਲੀ ਵਾਰ ਇਹ ਟਰਾਫੀ ਜਿੱਤੀ ਸੀ। ਇਸ ਨਾਲ ਭਾਰਤ ਦੂਜੀ ਵਾਰ T20 ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ। ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਡੈਥ ਓਵਰਾਂ ਦੇ ਵਿੱਚ ਜ਼ਬਰਦਸਤ ਗੇਂਦਬਾਜ਼ੀ ਕੀਤੀ ਅਤੇ ਦੱਖਣੀ ਅਫਰੀਕਾ ਨੂੰ ਜਿੱਤ ਦਰਜ ਕਰਨ ਤੋਂ ਰੋਕਿਆ। ਅਫਰੀਕਾ ਨੂੰ ਆਖਰੀ 4 ਓਵਰਾਂ ਦੇ ਵਿੱਚ 26 ਦੌੜਾਂ ਦੀ ਲੋੜ ਸੀ, ਫਿਰ ਵੀ ਭਾਰਤੀ ਗੇਂਦਬਾਜ਼ਾਂ ਨੇ ਦਮਦਾਰ ਗੇਂਦਬਾਜ਼ੀ ਕੀਤੀ ਅਤੇ ਟੀਮ ਨੂੰ 7 ਦੌੜਾਂ ਦੇ ਨਾਲ ਜਿੱਤ ਦਵਾਈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਇਸ ਮੈਚ ਦੇ ਵਿੱਚ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਸੂਰਿਆ ਕੁਮਾਰ ਯਾਦਵ ਵੱਡੀ ਪਾਰੀ ਨਹੀਂ ਖੇਡ ਸਕੇ, ਪਰ ਫਿਰ ਵਿਰਾਟ ਕੋਹਲੀ ਅਤੇ ਅਕਸ਼ਰ ਪਟੇਲ ਵਿਚਾਲੇ 72 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਇੰਡੀਆ ਨੂੰ ਮੈਚ ਦੇ ਵਿੱਚ ਵਾਪਸ ਲਿਆਂਦਾ। ਅਕਸ਼ਰ ਪਟੇਲ ਨੇ 31 ਗੇਂਦਾਂ ਦੇ ਵਿੱਚ 47 ਅਤੇ ਵਿਰਾਟ ਕੋਹਲੀ ਨੇ 59 ਗੇਂਦਾਂ ਦੇ ਵਿੱਚ 76 ਦੌੜਾਂ ਬਣਾਈਆਂ। ਸ਼ਿਵ ਦੁਬੇ ਨੇ ਵੀ 16 ਗੇਂਦਾਂ ਦੇ ਵਿੱਚ 27 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 176 ਦੌੜਾਂ ਤੱਕ ਪਹੁੰਚਾਇਆ। ਹੈਨਰਿਕ ਕਲਾਸੇਨ ਬੱਲੇਬਾਜ਼ੀ ਕਰਨ ਲਈ ਕ੍ਰੀਜ਼ 'ਤੇ ਆਏ ਜਦੋਂ ਦੱਖਣੀ ਅਫਰੀਕਾ ਦਾ ਸਕੋਰ 3 ਵਿਕਟਾਂ 'ਤੇ 70 ਦੌੜਾਂ ਸੀ। ਕਲਾਸੇਨ ਨੇ ਇੱਥੋਂ ਤੇਜ਼ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਸਿਰਫ 23 ਗੇਂਦਾਂ ਦੇ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਉਸਨੇ 2 ਚੌਕੇ ਅਤੇ 5 ਛੱਕੇ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। 27 ਗੇਂਦਾਂ ਦੇ ਵਿੱਚ 52 ਦੌੜਾਂ ਬਣਾਈਆਂ। 15 ਓਵਰ ਦੇ ਵਿੱਚ ਕਲਾਸੇਨ ਨੇ ਅਕਸ਼ਰ ਪਟੇਲ ਤੋਂ 24 ਦੌੜਾਂ ਲਈਆਂ, ਜਿੱਥੋਂ ਮੈਚ ਪੂਰੀ ਤਰ੍ਹਾਂ ਦੇ ਨਾਲ ਉਲਟ ਗਿਆ ਸੀ। ਪਰ ਆਖਰੀ 4 ਓਵਰਾਂ ਦੇ ਵਿੱਚ ਭਾਰਤ ਨੇ ਗੇਂਦਬਾਜ਼ੀ ਦੇ ਦਮ 'ਤੇ ਵਾਪਸੀ ਕੀਤੀ ਅਤੇ ਹਾਰੀ ਹੋਈ ਪਾਰੀ ਨੂੰ ਜਿੱਤ ਦੇ ਰੂਪ ਦੇ ਵਿੱਚ ਬਦਲ ਦਿੱਤਾ। ਸੋ ਭਾਰਤ ਨੂੰ ਇਹ ਮਾਣ ਮਹਿਸੂਸ ਹੋਇਆ, ਭਾਰਤ ਦੇ ਵਿੱਚ ਜਸ਼ਨ ਮਨਾਏ ਗਏ ਨੇ, ਟੀਮ ਇੰਡੀਆ ਦੇ ਖਿਡਾਰੀਆਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਕਿਉਂਕਿ ਭਾਰਤ T20 ਵਿਸ਼ਵ ਕੱਪ ਦੂਜੀ ਵਾਰ ਜਿੱਤ ਚੁੱਕਿਆ। ਪਹਿਲਾਂ 2007 ਦੇ ਵਿੱਚ ਜਿੱਤਿਆ ਸੀ ਤਾਂ ਹੁਣ 2024 ਦੇ ਵਿੱਚ ਜਿੱਤ ਚੁੱਕਿਆ। ਇਸ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ T20 ਵਰਲਡ ਕੱਪ ਦੇ ਵਿੱਚੋਂ ਸੰਨਿਆਸ ਵੀ ਲੈ ਲਿਆ।